ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਲੀਏ ਲੜ ਲਾਏ ਦਰ ਦਰਵੇਸ ਸੇ, ਤਿਨ ਧਨ ਜਨੇਂਦੀ ਮਾਉ ਆਏ ਸਫਲ ਸੇ। ਐਸੇ ਮਹਾਨ ਮਹਾਂਪੁਰਖ ਮਹਾਨ ਸ਼ਹੀਦ ਗੁਰੂ ਸਾਹਿਬ ਜੀ ਦੇ ਅਤਿ ਪਿਆਰੇ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ, ਭਾਈ ਜੈਤਾ ਜੀ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਸਮੁੱਚੇ ਹੀ ਖਾਲਸਾ ਪੰਥ ਵੱਲੋਂ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਅੱਜ ਮਹਾਨ ਗੁਰਮਤ ਸਮਾਗਮ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ। ਦੀਵਾਨ ਹਾਲ ਦੇ ਵਿੱਚ ਸ਼ਾਮਾਂ ਵੇਲੇ ਤੋਂ ਗੁਰਮਤ ਸਮਾਗਮਾਂ ਦੀ ਆਰੰਭਤਾ ਹੋਈ ਹੈ ਔਰ ਵੱਖ ਵੱਖ ਗੁਰੂ ਘਰ ਦੇ ਕੀਰਤਨੀ ਸਿੰਘਾਂ ਵੱਲੋਂ, ਵਿਦਵਾਨ ਜਨਾਂ ਵੱਲੋਂ ਗੁਰਬਾਣੀ ਜੀ ਦਾ ਸ਼ਬਦ ਕੀਰਤਨ ਔਰ ਗੁਰਮਤ ਵਿਚਾਰਾਂ ਸਰਵਣ ਕਰਵਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਔਰ ਕੱਲ੍ਹ ਦੇ ਰੋਜ਼ ਤੋਂ ਵੱਖ ਵੱਖ ਥਾਵਾਂ ਤੋਂ ਨਗਰ ਕੀਰਤਨ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਿੰਘ ਸਾਹਿਬਾਨ ਨਿਸ਼ਾਨਜੀਤ ਸਿੰਘ ਸਾਹਿਬਾਨਾਂ ਦੀ ਅਗਵਾਈ ਦੇ ਵਿੱਚ ਵੱਖ ਵੱਖ ਥਾਵਾਂ ਤੋਂ ਆਰੰਭ ਹੋਏ ਔਰ ਕੱਲ੍ਹ ਸ਼ਾਮ ਨੂੰ ਉਹ ਸਾਰੇ ਨਗਰ ਕੀਰਤਨ ਜਿਹੜੇ ਸਨ ਉਹ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਪਹੁੰਚੇ, ਜਿੱਥੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਸਮਾਗਮ ਕਰਵਾਏ ਜਾ ਰਹੇ ਨੇ। ਉੱਥੇ ਬਾਬਾ ਜੀ ਦੇ, ਬਾਬਾ ਜੀਵਨ ਸਿੰਘ ਜੀ, ਭਾਈ ਜੈਤਾ ਜੀ ਦੇ ਤਪ ਅਸਥਾਨ ਜੋ ਕਿਲ੍ਹਾ ਆਨੰਦਗੜ੍ਹ ਸਾਹਿਬ ਜੀ ਦੇ ਬਿਲਕੁਲ ਨੇੜੇ ਹੈ, ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ, ਉੱਥੇ ਵੀ ਬਾਬਾ ਤੀਰਥ ਸਿੰਘ ਜੀ ਹੁਰਾਂ ਵੱਲੋਂ ਜੋ ਇਹ ਮਹਾਨ ਗੁਰਮਤਿ ਸਮਾਗਮ ਹਰ ਸਾਲ ਕਰਵਾਏ ਜਾਂਦੇ ਨੇ, ਬੇਅੰਤ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ। ਬਾਬਾ ਜੀ ਦੇ ਇਸ ਮਹਾਨ ਪਵਿੱਤਰ ਦਿਹਾੜੇ ਦੀਆਂ ਸਮੁੱਚੀਆਂ ਹੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜੈਤਾ ਜੀ, ਜਿਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਉਸ ਪਵਿੱਤਰ ਦਿੱਲੀ ਦੀ ਧਰਤੀ ਤੋਂ ਸਤਿਗੁਰਾਂ ਦਾ ਸੀਸ ਲੈ ਕੇ ਪੜਾ ਦਾ ਪੜਾ ਇਸ ਧਰਤੀ 'ਤੇ ਪਹੁੰਚੇ, ਸਤਿਗੁਰੂ ਜੀ ਨੇ ਉਹਨਾਂ ਨੂੰ ਮਾਣ ਵੀ ਬਹੁਤ ਵੱਡਾ ਬਖਸ਼ਿਸ਼ ਕੀਤਾ। ਅੰਮ੍ਰਿਤ ਛਕਣ ਤੋਂ ਬਾਅਦ ਬਾਬਾ ਜੀਵਨ ਸਿੰਘ ਜੀ ਦੇ ਨਾਂ ਦੇ ਨਾਲ ਉਹਨਾਂ ਨੂੰ ਮੁਖਾਤਬ ਹੁੰਦੇ ਰਹੇ। ਸੋ ਮੈਂ ਸਮਝਦਾ ਅੱਜ ਅਜੋਕੇ ਯੁੱਗ ਦੀ ਵੀ ਜੇ ਗੱਲ ਕਰਾਂ, ਉਸ ਵੇਲੇ ਦੀ ਵੀ ਗੱਲ ਕਰਾਂ, ਕਿਉਂਕਿ ਸਤਿਗੁਰੂ ਜੀ ਆਪ ਪੰਜ ਭੌਤਿਕ ਸਰੀਰ ਦੇ ਤੌਰ 'ਤੇ ਵਿਚਰਦੇ ਸੀ ਅਤੇ ਜਿਸ ਜਿਸ ਸਰੀਰ 'ਤੇ ਵੀ ਹੱਥ ਰੱਖਿਆ ਉਹ ਸੋਨੇ ਵਾਂਗੂ ਫਿਰ ਚਮਕ ਕੇ ਉੱਠਿਆ। ਸੋ ਬਾਬਾ ਜੀਵਨ ਸਿੰਘ ਜੀ ਦੀ ਪਵਿੱਤਰ ਯਾਦ ਦੇ ਵਿੱਚ ਆਪਾਂ ਅੱਜ ਉਹ ਸਮਾਗਮ ਦੇ ਵਿੱਚ ਸਮੁੱਚਾ ਖਾਲਸਾ ਪੰਥ ਅਤੇ ਖਾਸ ਕਰਕੇ ਨਿਹੰਗ ਸਿੰਘਾਂ ਦੀਆਂ ਸਮੂਹ ਜਥੇਬੰਦੀਆਂ, ਬਾਬਾ ਮੇਜਰ ਸਿੰਘ ਜੀ ਸੋਢੀ ਅਤੇ ਉਹਨਾਂ ਦੇ ਨਾਲ ਸਾਰੇ ਸਾਥੀ, ਇਹ ਪਿਛਲੇ ਸਾਲ ਤੋਂ ਉਪਰਾਲਾ ਕੀਤਾ, ਹੋਰ ਵੀ ਜਥੇਬੰਦੀਆਂ ਮਨਾਉਂਦੀਆਂ, ਪਰ ਇਹ ਨਿਹੰਗ ਸਿੰਘ ਜਿਹੜੇ ਆ ਵੱਡਾ ਸਮਾਗਮ ਬਾਬਾ ਜੀ ਦੀ ਯਾਦ ਵਿੱਚ ਜਿਹੜਾ ਇੱਥੇ ਮਨਾਉਂਦੇ। ਪ੍ਰਧਾਨ ਜੀ, ਹਰਿਆਣਾ ਦੇ ਵਿੱਚ ਜਿਹੜਾ ਰੋਲ ਦਿੱਤੀ ਜਾ ਰਹੀ ਸੀਗੀ ਵਾਰ ਵਾਰ, ਜਿਹੜਾ ਰਾਮ ਰਹੀਮ ਨੂੰ ਉਹਨੂੰ ਟਿਕਟ ਦੇ ਦਿੱਤੀ ਜੀ ਭਾਜਪਾ ਨੇ, ਕੀ ਕਹਿੰਦੇ ਜਿਹੜਾ ਵਾਰ ਵਾਰ? ਦੇਖੋ, ਇਹ ਤਾਂ ਹੁਣ ਬਿੱਲੀ ਜਿਹੜੀ ਆ ਉਹ ਥੈਲਿਓਂ ਬਾਹਰ ਆ ਗਈ ਆ, ਇਹੋ ਹੀ ਅਸੀਂ ਕਹਿੰਦੇ ਸੀ ਕਿ ਵਾਰ ਵਾਰ ਪਰੋਲ ਦੇ ਕੇ ਜੇ ਜੇਲ੍ਹ ਮੈਨੂਅਲ ਵੀ ਬਦਲਣਾ ਸੀ ਅਤੇ ਉਹ ਜੇਲ੍ਹ ਮੈਨੂਅਲ ਕਿਉਂ ਬਦਲਿਆ ਗਿਆ? ਉਹ ਇੱਕ ਬੰਦੇ ਕਰਕੇ ਬਦਲਿਆ ਗਿਆ ਅਤੇ ਸਾਨੂੰ ਤਾਂ ਪਹਿਲਾਂ ਇਹ ਖਾਸਾ ਸੀ ਵੀ ਇਹ ਸਾਰਾ ਕੁਝ ਜੋ ਕੁਝ ਕਰ ਰਹੇ ਆ ਇਹ ਰਾਜਨੀਤੀ ਲਈ ਕਰ ਰਹੇ, ਤਾਂ ਹੁਣ ਅਪਰੂਵ ਹੋ ਗਈ ਗੱਲ। ਸਤਿਗੁਰਾਂ ਦੀ ਪਵਿੱਤਰ ਯਾਦ ਦੇ ਵਿੱਚ 450 ਸਾਲਾਂ ਸ਼ਤਾਬਦੀ ਮਨਾਈ ਜਾ ਰਹੀ ਆ ਅਤੇ ਉਹਦੇ ਵਿੱਚ ਵੱਖ ਵੱਖ ਸਥਾਨਾਂ ਤੋਂ ਜਿਹੜੇ ਇਤਿਹਾਸਿਕ ਸਥਾਨ ਨੇ ਉਹਨਾਂ ਤੋਂ ਵੀ ਨਗਰ ਕੀਰਤਨ ਜਾ ਰਹੇ ਅਤੇ ਇੱਥੇ ਵੀ ਨਹੀਂ ਉਪਰਾਲਾ ਕੀਤਾ ਆਪਣੇ ਅਨੰਦਪੁਰ ਸਾਹਿਬ ਤੋਂ ਚਾਵਲਾ ਜੀ ਨੇ, ਉਹ ਸਾਡਾ ਦੂਜਾ ਵੀ ਮੈਂਬਰ ਆ ਮੇਰਾ, ਉਹਨਾਂ ਦੀ
ਆਪਣੇ ਪਿੰਡਰ ਸਾਹਿਬ ਸਮੂਹਿਕ ਤੌਰ ਤੇ ਸਾਰੇ ਇੱਥੋਂ ਦੇ ਉਚੇਚੇ ਤੌਰ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਇਹ ਵੀ ਆਪਣੇ 8 ਤਰੀਕ ਨੂੰ ਉਸ ਪਵਿੱਤਰ ਗੋਇੰਦਵਾਲ ਦੀ ਧਰਤੀ ਤੇ 7 ਨੂੰ ਇੱਕ ਨਾ ਜੀ ਰਣਜੀਤ ਸਿੰਘ ਬਿੱਟੂ ਨੇ ਸ਼ੁਰੂ ਕੀਤੀ ਸੀ ਐਦਾਂ ਦੀ, ਕੋਈ ਤੁਸੀਂ ਵੀ ਡਿਮਾਂਡ ਕਰਦੇ ਜੀ ਵੀ ਸੰਗਤ ਨੂੰ ਜ਼ਰੂਰ ਜਿੱਦਾਂ ਉਹ ਆ ਰਹੇ ਆ ਇੱਥੋਂ ਸਾਡੇ ਵੀ ਜਾਣ, ਸਾਡੇ ਪੰਜਾਬ 'ਚ ਵੀ ਬਹੁਤ ਸਾਰੇ ਨੇ ਜਿਹਨਾਂ ਨੂੰ ਨਹੀਂ ਦੇਖੇ ਪੈਂਦਾ। ਦੇਖੋ ਬੇਨਤੀ ਇਹ ਆ ਕਿਉਂਕਿ ਸੈਂਟਰ ਦੀ ਸਰਕਾਰ ਆ ਤੇ ਕਾਰਜ ਜਿਹੜੇ ਆ ਰੇਲਵੇ ਦਾ ਮਹਿਕਮਾ ਉਹਨਾਂ ਦਾ ਆ, ਤੇ ਅਸੀਂ ਤਾਂ ਕਰਦੇ ਕਹਿੰਦੇ ਅਸੀਂ ਤਾਂ ਪਹਿਲਾਂ ਵੀ ਜਦੋਂ ਸਾਡੀ ਅਕਾਲੀ ਸਰਕਾਰ ਸੀ ਅਸੀਂ ਤਦ ਵੀ ਪੰਜਾਂ ਤਖਤਾਂ ਨੂੰ ਲਿਜਾਂਦੇ ਰਹੇ, ਇਹ ਕੋਈ ਨਵੀਂ ਨਹੀਂ ਗੱਲ ਸ਼ੁਰੂ ਕੀਤੀ, ਇਹ ਤਾਂ ਹਮੇਸ਼ਾ ਹੀ ਰਹੀ ਆ ਗੱਲ। ਤੇ ਚਲੋ ਜਿਹੜੇ ਨਿਹੰਗ ਸਿੰਘ ਦਲ ਜਿਹੜੇ ਨੇ ਖਾਸ ਤੌਰ ਦੇ ਉੱਤੇ ਦਸ਼ਮੇਸ਼ ਤਰਨਾ ਦਲ ਅਤੇ ਇਹਨਾਂ ਦੇ ਜਿਹੜੇ ਮੁਖੀ ਨੇ ਬਾਬਾ ਮੇਜਰ ਸਿੰਘ ਜੀ, ਇਹ ਮੰਗ ਕਰਦੇ ਆ ਰਹੇ ਸੀ 3-4 ਸਾਲ ਤੋਂ ਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਬਾਬਾ ਵੀਰ ਸਿੰਘ ਜੀ, ਬਾਬਾ ਤੀਰ ਸਿੰਘ ਜੀ ਜਿਨ੍ਹਾਂ ਦੀ ਬੜੀ ਵੱਡੀ ਕੁਰਬਾਨੀ ਹੈ ਉਹਨਾਂ ਨੂੰ ਇੱਕ ਦਿਨ ਯਾਦ ਕੀਤਾ ਜਾਏ। ਸੋ ਅਸੀਂ ਸੋਚਿਆ ਕਿ ਉਹਨਾਂ ਦੀ ਯਾਦ ਦੇ ਵਿੱਚ ਵੀ ਸਾਲ ਦੇ ਵਿੱਚ ਇੱਕ ਸਮਾਗਮ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜ਼ਰੂਰ ਕਰੀਏ ਔਰ ਆਉਣ ਵਾਲੇ ਸਮੇਂ 'ਚ ਅਸੀਂ ਕਰਾਂਗੇ ਜੀ। ਅੱਜ ਬਾਬਾ ਜੀਵਨ ਸਿੰਘ ਜੀ ਜੋ ਪੰਥ ਦੇ ਮਹਾਨ ਜਰਨੈਲ ਹੋਏ ਨੇ, ਉਹਨਾਂ ਦਾ ਜਨਮ ਦਿਹਾੜਾ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਮਨਾਇਆ ਗਿਆ। ਸਵੇਰੇ ਉਹਨਾਂ ਦੇ ਤਪ ਅਸਥਾਨ ਦੇ ਉੱਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਦਿਹਾੜਾ ਮਨਾਇਆ ਗਿਆ ਅਤੇ ਸ਼ਾਮ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਥਾਨ ਦੇ ਉੱਤੇ ਇਹ ਪਾਵਨ ਦਿਹਾੜੇ ਦੇ ਸੰਬੰਧ ਦੇ ਵਿੱਚ ਸਮਾਗਮ ਜਿਹੜੇ ਨੇ ਉਹ ਹੋ ਰਹੇ ਨੇ। ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਬੜੀ ਵੱਡੀ ਕੁਰਬਾਨੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੰਗੀ ਰਹੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਵੱਡਾ ਸਨਮਾਨ ਦਿੱਤਾ, ਔਰ ਨਾਲ ਹੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਜੰਗ ਦੇ ਵਿੱਚ ਦੁਸ਼ਮਣ ਦੇ ਆਹੂ ਲਾਉਂਦਿਆਂ ਉਹਨਾਂ ਨੇ ਮਹਾਨ ਵੱਡੀ ਸ਼ਹਾਦਤ ਪ੍ਰਾਪਤ ਕੀਤੀ। ਔਰ ਕੌਮ ਹਮੇਸ਼ਾ ਹੀ ਆਪਣੇ ਸ਼ਹੀਦਾਂ ਦਾ ਸਤਿਕਾਰ ਅਦਬ ਕਰਦੀ ਹੈ ਔਰ ਕਰਨਾ ਚਾਹੀਦਾ ਵੀ ਹੈ, ਕਿਉਂਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ, ਜਰਵਾਣਿਆਂ ਨੂੰ, ਯੋਧਿਆਂ ਨੂੰ ਯਾਦ ਕਰਦੀਆਂ ਨੇ, ਸੂਰਬੀਰਾਂ ਨੂੰ ਯਾਦ ਕਰਦੀਆਂ ਨੇ, ਉਹਨਾਂ ਕੌਮਾਂ ਦੇ ਵਿੱਚ ਸ਼ਹੀਦੀ ਜਜ਼ਬਾ ਰੱਖਣ ਵਾਲੇ ਨੌਜਵਾਨ ਪੈਦਾ ਹੁੰਦੇ ਰਹਿੰਦੇ ਨੇ। ਜਿਹੜੀਆਂ ਕੌਮਾਂ ਆਪਣੇ ਯੋਧਿਆਂ, ਸੂਰਬੀਰਾਂ ਨੂੰ ਵਿਸਾਰ ਦਿੰਦੀਆਂ ਨੇ, ਉੱਥੇ ਫਿਰ ਮਾਵਾਂ ਜਿਹੜੀਆਂ ਉਹ ਯੋਧੇ ਜੰਮਣੇ ਬੰਦ ਕਰ ਦਿੰਦੀਆਂ। ਔਰ ਸਾਡੀ ਇਹ ਖਾਸੀਅਤ ਹੈ, ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਯੋਧਿਆਂ ਨੂੰ ਯਾਦ ਕਰਦੇ ਹਾਂ, ਸੂਰਬੀਰਾਂ ਨੂੰ ਯਾਦ ਕਰਦੇ ਹਾਂ। ਔਰ ਬਾਬਾ ਜੀਵਨ ਸਿੰਘ ਜੀ ਅਮਰ ਸ਼ਹੀਦ ਇੱਕ ਮਹਾਨ ਸੂਰਬੀਰ ਸੀ, ਉਹਨਾਂ ਦਾ ਜਨਮ ਦਿਹਾੜਾ ਅਸੀਂ ਸਾਰੇ ਰਲ ਮਿਲ ਕੇ ਮਨਾ ਰਹੇ ਹਾਂ। ਮੈਂ ਉਹਨਾਂ ਦੇ ਜਨਮ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਵਧਾਈ ਦੇ ਦਿੰਦਾ।